ਸਤਿ ਸ਼੍ਰੀ ਅਕਾਲ ਅੰਮ੍ਰਿਤਸਰ ਪੇਸ਼ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾ ਦਾ ਮੈਂ ਕਨਿਤਿਕਾ ਮਲਿਕ ਬਹੁਤ-ਬਹੁਤ ਸਵਾਗਤ ਕਰਦੀ ਆਂ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਜਿਕਰ ਆਪਾਂ ਅੱਜ ਦੇ 에ਰਾ ਦੀ ਗੱਲ ਕਰੀਏ ਤੇ ਐਜੂਕੇਸ਼ਨ ਬਹੁਤ ਹੀ ਜ਼ਿਆਦਾ ਇੱਕ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਬੱਚੇ ਜੇ ਐਜੂਕੇਸ਼ਨ ਨਾ ਕਰ ਸਕਣ ਜਾਂ ਪ੍ਰਾਪਤ ਨਾ ਕਰ ਸਕਣ ਐਜੂਕੇਸ਼ਨ ਤੇ ਮੈਂ ਕਹਿ ਸਕਦੀ ਆਂ ਫਿਊਚਰ ਅਗੇ ਉਹਨਾਂ ਦਾ ਅਧੂਰਾ ਆ ਗਿਆ ਅੱਜ ਦੇ ਜ਼ਮਾਨੇ 'ਚ ਐਜੂਕੇਸ਼ਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋ ਗਈ ਹੈ ਤੇ ਇਸੇ ਮੋਟਿਵ ਨੂੰ ਲੈ ਕੇ ਅੱਜ ਆਪਾਂ ਪਹੁੰਚ ਚੁੱਕੇ ਹਾਂ ਵੈਰੋਂ ਇੰਸਟੀਚੂਟ ਜੋ ਕਿ ਅੰਮ੍ਰਿਤਸਰ ਵਿਖੇ ਰਾਨੀਕਾਪੁਰ ਸਥਿਤ ਹੈਗਾ ਤੇ ਅੱਜ ਆਪਾਂ ਇਥੋਂ ਦੇ ਬ੍ਰਾਂਚ ਤੇ ਮੈਨੇਜਰ ਦੇ ਨਾਲ ਗੱਲਬਾਤ ਕਰਾਂਗੇ ਜਤਿੰਦਰ ਜੀ ਦੇ ਨਾਲ ਹੁਣ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਪਹਿਲੇ ਤੋਂ ਮੈਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਸਤਿ ਸ਼੍ਰੀ ਅਕਾਲ ਮੈਮ ਬਹੁਤ-ਬਹੁਤ ਧੰਨਵਾਦ ਸਾਡੇ ਇੰਸਟੀਚੂਟ ਆਨਲੀ ਅ ਸਰ ਜਿਵੇਂ ਮੈਂ ਕਹਿ ਸਕਦੀ ਹਾਂ ਕਿ ਬਹੁਤ ਜ਼ਿਆਦਾ ਇੰਸਟੀਚਿਊਟਸ ਓਪਨ ਹੋ ਗਏ ਨੇ ਬਹੁਤ ਨਾਮ ਹੋ ਗਏ ਕਾਫੀ ਇੰਸਟੀਚਿਊਟਸ ਦਾ ਬਟ ਵੈਰਨ ਵੀ ਮੈਂ ਕਹਿ ਸਕਦੀ ਹਾਂ ਬਹੁਤ ਇੱਕ ਟਾਪ ਕਲਾਸ ਬ੍ਰਾਂਡ ਹੋ ਗਏ ਜਿੱਥੇ ਬੱਚੇ ਆਉਣਾ ਬਹੁਤ ਜ਼ਿਆਦਾ ਪਸੰਦ ਕਰਦੇ ਆ ਤੁਸੀਂ ਦੱਸੋ ਵੈਰਨ ਵੈਰਨ ਚ ਕੀ ਇਹਨੀ ਖਾਸियत ਹੈ ਕਿ ਬੱਚੇ ਸਪੈਸ਼ਲੀ ਇੱਥੇ ਆਉਂਦੇ ਨੇ ਮੈਮ ਵੈਰਨ ਬਾਕੀਆਂ ਨਾਲੋਂ ਵੱਖਰਾ ਇਸ ਕਰਕੇ ਹੈ ਕਿ ਪਿਛਲੇ ਕਈ ਸਾਲਾਂ ਤੋਂ ਅਸੀਂ ਹਰ ਫੀਲਡ ਦੇ ਵਿੱਚ ਬਹੁਤ ਹੀ ਵਧੀਆ ਰਿਜ਼ਲਟਸ ਦਿੰਦੇ ਨੇ ਜਿਸ ਤਰ੍ਹਾਂ ਤੁਸੀਂ ਕਿਹਾ ਐਜੂਕੇਸ਼ਨ ਇੱਕ ਰਸਤਾ ਹੈ ਬੱਚੇ ਦਾ ਫਿਊਚਰ ਸਿਕਿਉਰ ਕਰਨ ਵਾਸਤੇ ਤੇ ਵਿਰੌਨ ਦਾ ਜਿਹੜਾ ਮਿਸ਼ਨ ਜਾਂ ਵਿਜਨ ਇਹੀ ਹੈ ਕਿ ਅਸੀਂ ਹਰ ਬੱਚੇ ਨੂੰ ਪ੍ਰੋਪਰ ਐਜੂਕੇਸ਼ਨ ਦਈਏ ਤਾਂ ਕਿ ਉਹ ਆਪਣੀ ਲਾਈਫ ਦੇ ਵਿੱਚ ਪ੍ਰੋਪਰਲੀ ਸਟੈਂਡ ਕਰ ਸਕੇ ਔਰ ਵਿਰੌਨ ਇੰਸਟੀਟਿਊਟ ਵਿੱਚ ਅਸੀਂ ਹਰ ਫੀਲਡ ਦੇ ਵਿੱਚ ਬੱਚਿਆਂ ਨੂੰ ਗਾਈਡ ਕਰ ਰਹੇ ਹਾਂ ਜਦੋਂ ਬੱਚਾ 10th ਕਲਾਸ ਕ੍ਰਾਸ ਕਰਦਾ ਹੈ ਤੇ ਉਹਦੇ ਮਾਈਂਡ 'ਚ ਬੜੀ ਕਨਫਿਊਜ਼ਨ ਹੁੰਦੀ ਹੈ ਕਿ ਅੱਗੋਂ ਮੈਂ ਕਿਹੜੇ ਸਬਜੈਕਟਸ ਲਵਾਂ ਤੇ ਕਿਸ ਤਰ੍ਹਾਂ ਆਪਣੇ ਕੈਰੀਅਰ ਨੂੰ ਸੈੱਟ ਕਰਾਂ ਸਾਡੇ ਇੱਥੇ ਅਸੀਂ ਉਹਨਾਂ ਦੇ ਇਹ ਕਨਫਿਊਜ਼ਨ ਦੂਰ ਕਰਦੇ ਹਾਂ ਪ੍ਰੋਪਰ ਕਾਉਂਸਲਿੰਗ ਸੈਸ਼ਨਸ ਹੁੰਦੇ ਆ ਤੇ ਅਸੀਂ ਚਾਹੁੰਦਾ ਹੈ ਫਾਰ ਇਗਜ਼ਾਮਪਲ ਤੇ ਉਹ ਨੀਡ ਦਾ ਟੈਸਟ ਦੇ ਸਕਦਾ ਹੈ ਇੱਕ ਸਕਸੈਸਫੁਲ ਡਾਕਟਰ ਬਣ ਸਕਦਾ ਹੈ ਅਗਰ ਉਹ ਨਾਨ ਮੈਡੀਕਲ ਕਰਨਾ ਚਾਹੁੰਦਾ ਹੈ ਤੇ ਆਈਟੀ ਜੇਈ ਦਾ ਪੇਪਰ ਦੇ ਸਕਦਾ ਹੈ ਔਰ ਇੱਕ ਸਕਸੈਸਫੁਲ ਇੰਜੀਨੀਅਰ ਬਣ ਸਕਦਾ ਹੈ ਤੇ ਅਸੀਂ ਇੱਥੇ ਐਨਡੀਏ ਦੀ ਇੱਕ ਜਿਹੜੀ ਇੱਕ ਸੁਪਨਾ ਹੈ ਹਰ ਇੱਕ ਬੱਚੇ ਦਾ ਇੰਡੀਆ ਦੇ ਬੱਚੇ ਦਾ ਐਨਡੀਏ ਵਿੱਚ ਦਾਖਲਾ ਹੋਣਾ ਐਨਡੀਏ ਇੱਕ ਐਸੀ ਸੰਸਥਾ ਹੈ ਜਿਹੜੇ ਪੂਰੇ ਇੰਡੀਆ ਦੇ ਆਫੀਸਰਸ ਆਰਮੀ ਨੇਵੀ ਐਂਡ 에ਅਰ ਫੋਰਸ ਦੇ ਪ੍ਰੋਡਿਊਸ ਕਰਦੀ ਹੈ ਮੈਂ ਮੈਨੂੰ ਦੱਸਦਿਆਂ ਖੁਸ਼ੀ ਹੁੰਦੀ ਹੈ ਕਿ ਪੂਰੇ ਜ਼ੋਨ ਦੇ ਵਿੱਚ ਜੇ ਮੈਂ ਗੱਲ ਕਰਾਂ ਅੰਮ੍ਰਿਤਸਰ ਤੋਂ ਪਠਾਨਕੋਟ ਤ ਕਈ ਸਾਲਾਂ ਤੋਂ ਅਸੀਂ ਐਨਡੀਏ ਦੇ ਖੇਤਰ ਚ ਨੀਡ ਦੇ ਖੇਤਰ ਚ ਆਈਟੀ ਜੀ ਦੇ ਖੇਤਰ ਚ ਸਫਲਤਾਵਾਂ ਨਾਲ ਬੱਚਿਆਂ ਨੂੰ ਅੱਗੇ ਪਵਾ ਰਹੇ ਹਾਂ ਸਰ ਜਿਵੇਂ ਕਿ ਮੈਂ ਕਹੇ ਸਕਦੀ ਹਾਂ ਬਹੁਤ ਜ਼ਿਆਦਾ ਕੋਰਸੇ ਹੁੰਦੇ ਆ ਕਿ ਬੱਚੇ ਕਨਫਿਊਜ਼ ਵੀ ਹੋ ਜਾਂਦੇ ਕਿ ਕਿਹੜਾ ਕੋਰਸ ਆਪਾਂ ਪਿਕ ਕਰੀਏ ਪਲੱਸ 2 ਤੋਂ ਬਾਅਦ ਆਲਮੋਸਟ ਬੱਚੇ ਕਈ ਵਾਂ ਕਨਫਿਊਜ਼ ਹੋ ਜਾਂਦੇ ਆ ਤੇ ਉਹਦਾ ਵਾਸਤੇ ਤੁਸੀਂ ਬੱਚਿਆਂ ਨੂੰ ਕਿੱਦਾਂ ਸਮਝਾਉਂਦੇ ਹੋ ਜਾਂ ਕੀ ਮਤਲਬ ਕਹਿੰਦੇ ਹੋ ਕਿ ਕਿਸ ਕੋਰਸ ਤੇ ਤੁਹਾਨੂੰ ਆਣਾ ਚਾਹੀਦਾ ਮੈਂ ਮੇਰੀ ਇਹੀ ਰਾਏ ਹੈ ਕਿ ਜਦੋਂ ਬੱਚਾ 10th ਕਲਾਸ ਪਾਸ ਕਰਦਾ ਹੈ ਤੇ ਅਸੀਂ ਇੱਥੇ ਉਹਦਾ ਇੱਕ ਸਾਈਕੋਲੋਜੀਕਲ ਅਸੈਸਮੈਂਟ ਕਰਦੇ ਆਂ ਜ਼ਰੂਰੀ ਨਹੀਂ ਹੁੰਦਾ ਕਿ ਹਰ ਬੱਚਾ ਜਿਹੜਾ ਮੈਥਸ ਚ ਸਟਰੋਂਗ ਆ ਉਹੀ ਸਕਸੈਸਫੁਲ ਹੋਏਗਾ ਲਾਈਫ ਚ ਹੋ ਸਕਦਾ ਕੋਈ ਬੱਚਾ ਯੂ ਨੋ ਫਾਈਨ ਆਰਟਸ ਚ ਸਟਰੋਂਗ ਹੋਵੇ ਕਿ ਇਹ ਬੱਚੇ ਦਾ ਲਾਜ ਇੰਟਰਸਟ ਹੋਵੇ ਕਿ ਇਹਦੇ ਮੈਡੀਕਲ ਚ ਇੰਟਰਸਟ ਹੋਵੇ ਉਸ ਹਿਸਾਬ ਨਾਲ ਉਹਨਾਂ ਦੀ ਇੱਕ ਸਾਈਕੋਮੈਟ੍ਰਿਕ ਐਨਾਲਿਸਿਸ ਕਰਕੇ ਅਸੀਂ ਉਹਨਾਂ ਨੂੰ ਕਾਉਂਸਲਿੰਗ ਸੈਸ਼ਨ ਕਰਦੇ ਆਂ ਤੇ ਉਹਨਾਂ ਨੂੰ ਗਾਈਡ ਕਰਦੇ ਆਂ ਇੱਕ ਪ੍ਰੋਪਰ ਪਾਥ ਦਿਖਾਣੇ ਆ ਕਿ ਕਿਸ ਤਰ੍ਹਾਂ 11th 12th ਵਿੱਚ ਤਿਆਰੀ ਕਰਕੇ ਬੱਚਾ 12th ਤੋਂ ਬਾਅਦ ਕਿਸੇ ਨਾਮੀ ਕਾਲਜ ਵਿੱਚ ਦਾਖਲਾ ਲੈ ਸਕਦਾ ਹੈ ਦੇਖੋ ਕ ਹੈਗੀ ਹੈ ਕਿ ਆਪਾਂ ਆਪਣੀ ਹਾਇਰ ਐਜੂਕੇਸ਼ਨ ਕਿੱਥੋਂ ਲੈਣੀ ਹੈ ਜਿਹੜੀ ਸਫਲਤਾ ਦੀ ਕੁੰਜੀ ਕਿੱਥੇ ਲਾਏ ਕਰਦੀ ਹੈ ਕਿ ਜਿਹੜਾ ਕਾਲਜ ਅਸੀਂ ਚੂਜ਼ ਕਰਦੇ ਹਾਂ 12th ਤੋਂ ਬਾਅਦ ਅਗਰ ਤੇ ਉਹ ਇੱਕ ਵਨ ਆਫ ਦਾ ਬੈਸਟ ਕਾਲਜ ਜਗਾ ਇੰਡੀਆ ਦੇ ਵਿੱਚ ਇੱਥੇ ਇੱਕ ਮਿਥ ਕਲੀਅਰ ਕਰਦਾ ਇੰਡੀਆ ਦੇ ਵਿੱਚ ਬਹੁਤ ਵਧੀਆ ਕਾਲਜ ਜਗੇ ਬਸ ਬੱਚਾ ਮਿਹਨਤ ਕਰੇ ਪਲੱਸ 1 ਪਲੱਸ 2 ਦੇ ਵਿੱਚ ਜੇਕਰ ਬੱਚਾ ਸਾਨੂੰ 10th ਵਿੱਚ ਮਿਲ ਜਾਂਦਾ ਹੈ ਅਸੀਂ ਉਹਨੂੰ ਇਸ ਤਰੀਕੇ ਨਾਲ ਪਹਿਲਾਂ ਤੇ ਗਾਈਡ ਕਰਦੇ ਹਾਂ ਉਹਨੂੰ ਕੋਰਸ ਲੈ ਕੇ ਦਿੰਨੇ ਆ ਫਿਰ 11ਵੀਂ 12ਵੀਂ ਚ ਪੜ੍ਹਾਣੇ ਵੀ ਆ ਦੇਖੋ ਅਸੀਂ ਗਰਾਊਂਡ ਲੈਵਲ ਤੋਂ ਬੇਸਿਕ ਲੈਵਲ ਤੋਂ ਬੱਚੇ ਨੂੰ ਚੋਕੇ ਹਾਈਐ ਐਂਟ੍ਰੈਂਸ ਇਗਜ਼ਾਮ ਚਾਹੇ ਨੀਟ ਹੈ ਚਾਹੇ ਆਈਟੀਜੀ ਹੈ ਚਾਹੇ ਐਨਡੀਏ ਹੈ ਉਹ ਕਲੀਅਰ ਕਰਵਾ ਸੇ ਬੱਚੇ ਨੂੰ ਦੋ ਸਾਲ ਪ੍ਰੋਪਰ ਤਿਆਰੀ ਕਰਨੀ ਪੈਂਦੀ ਹੈ ਔਰ ਅਸੀਂ ਉਸ ਵਿੱਚ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਦਿੰਨੇ ਸਰ ਸਰ ਕਈ ਵਾਰੀ ਮੈਂ ਕਹੇ ਸਦੀਆ ਬੱਚਾ ਕਾਫੀ ਜ਼ਿਆਦਾ ਬ੍ਰਾਈਟ ਹੁੰਦਾ ਹੈ ਮਤਲਬ ਕਾਫੀ ਪੜਨ ਜਬੀ ਗੁੱਡ ਹੁੰਦਾ ਹੈ ਤੈਨ ਤੋਂ ਬਾਅਦ ਕਈ ਬੱਚੇ ਨੂੰ ਕਨਫਿਊਜ਼ਨ ਹੁੰਦੀ ਆਪਾਂ ਫਾਈਨੈਂਸ ਨਹੀਂ ਲੈਣਾ ਫਾਈਨੈਂਸ ਉਹ ਬੱਚੇ ਲੈਂਦੇ ਜਿਹੜੇ ਬੱਚੇ ਪੜਾਈ ਚ ਕਮਜ਼ੋਰ ਹੁੰਦੇ ਐ ਤੇ ਇਸ ਚੀਜ਼ ਉਤੇ ਤੁਸੀਂ ਕੀ ਕਹਿਣਾ ਚਾਹਦੇ ਹੋ ਕਿ ਫਾਈਨੈਂਸ ਕਾਫੀ ਬੱਚਾ ਦੇ ਮਾਂਝਾ ਚੀਜ਼ ਹੈ ਕਿ ਜਿਹੜੇ ਵੀਕ ਹੁੰ بس ہاں ਇਥੇ ਮੈਂ ਇੱਕ ਚੀਜ਼ ਬੱਚੇ ਨੂੰ ਗਾਈਡ ਕਰਦਾ ਜੋ ਵੀ ਉਹਨਾਂ ਨੇ ਟਾਰਗੇਟ ਮੰਚ ਚੂਜ਼ ਕਰ ਲਿਆ ਹੈ ਉਹਦੇ ਉੱਤੇ ਡੈਡੀਕੇਸ਼ਨ ਨਾਲ ਫੋਕਸ ਨਾਲ ਔਰ ਪ੍ਰੋਪਰ ਤਰੀਕੇ ਨਾਲ ਤਿਆਰੀ ਕਰਨਾ ਜਦੋਂ ਆਪਾਂ ਤਿਆਰੀ ਕਰਦੇ ਹਾਂ ਇੱਕ ਮਿੱਥ ਕਲੀਅਰ ਕਰਦਾ ਵਿਚ ਐਵਰ ਸਬਜੈਕਟ ਯੂ ਟੇਕ ਆਫਟਰ 10th ਜੋ ਵੀ ਸਬਜੈਕਟ ਤੁਸੀਂ 10ਵੀਂ ਤੋਂ ਬਾਅਦ ਲਓ ਉਹਦੇ ਚ ਜੀ ਜਾਣ ਨਾਲ ਆਪਣਾ ਮਨ ਲਗਾਓ ਪੜ੍ਹਾਈ ਕਰੋ ਔਰ ਪਲੱਸ 2 ਤੋਂ ਬਾਅਦ ਟਾਰਗੇਟ ਰੱਖੋ ਕਿ ਮੈਂ ਬੈਸਟ ਕਾਲਜ ਇੰਡੀਆ ਦਾ ਚੂਜ਼ ਕਰਨਾ ਹੈ ਔਰ ਵੈਰਨ ਦੀ ਇਹੋ ਖਾਸ ਗੱਲ ਹੈ ਕਿ ਬੱਚਿਆਂ ਨੂੰ ਇੰਡੀਆ ਦੇ ਬੈਸਟ ਇੰਸਟੀਟਿਊਟਸ ਤੱਕ ਅਹੀਂ ਪਹੁੰਚਾਇਆ ਚਾਹੇ ਵਨ ਆਫ ਦਾ ਬੈਸਟ ਇੰਸਟੀਟਿਊਟ ਹੈ ਐਨਡੀਏ ਸਾਡੇ ਬੱਚੇ ਐਨਡੀਏ 'ਚ ਵੀ ਗਏ ਆ ਸਾਡੇ ਬੱਚੇ ਗਵਰਨਮੈਂਟ ਮੈਡੀਕਲ ਕਾਲਜ ਲਗਰ ਬੱਚਾ ਸਾਡੇ ਕੋਲ ਲਾਂਦਾ ਤੇ ਉਸ ਨੂੰ ਮਨ ਪਾਉਂਦਾ ਕਾਲਜ ਮਿਲੇ ਔਰ ਉਥੇ ਉਹ ਆਪਣੀ ਪੜਾਈ ਕਰਕੇ ਜ਼ਿੰਦਗੀ ਚ ਤਰੱਕੀ ਪ੍ਰਾਪਤ ਕਰੇ। ਬੇਚੀ ਸਰ ਕਿੰਨੇ ਕੁ ਟਾਈਪ ਆਫ ਕੋਰਸਸ ਤੁਹਾਡੇ ਕੋਲ ਇੱਥੇ ਅਵੇਲੇਬਲ ਹੈਗੇ ਨੇ? ਇੱਥੇ ਇੱਕ ਛੱਦ ਦੇ ਥੱਲੇ ਅਸੀਂ ਮੈਡੀਕਲ, ਨਾਨ ਮੈਡੀਕਲ, ਕਮਰਸ ਅ ਦੀ ਬੋਰਡਸ ਲੈਵਲ ਦੀ ਤਿਆਰੀ ਵੀ ਕਰਾਉਂਦੇ ਆ। ਹੁਣ ਜਿਹੜੇ ਵੀ ਕੰਪੀਟੀਟਿਵ ਲੈਵਲ ਐਗਜ਼ਾਮ ਇਹਨਾਂ ਜੋ ਨਿਕਲ ਕੇ ਆਉਂਦੇ ਜਿਵੇਂ ਮੈਡੀਕਲ ਚੋਂ ਸਭ ਤੋਂ ਵੱਡਾ ਐਗਜ਼ਾਮ ਹੈ ਨੀਟ ਦਾ ਜਿਹੜਾ ਨਿਕਲ ਕੇ ਆਉਂਦਾ ਹੈ ਜਿਸ ਦੇ ਥਰੂ ਬੱਚਾ ਇੰਡੀਆ ਦੇ ਟਾਪ ਮੈਡੀਕਲ ਕਾਲਜਿਸ ਵਿੱਚ ਦਾਖਲਾ ਲੈਂਦਾ ਹੈ ਜਿਨ੍ਹਾਂ ਚੋਂ ਸਭ ਤੋਂ ਪਹਿਲਾ ਨਾਮ AIMS ਦਾ ਆ ਜਾਂਦਾ ਹੈ ਜਿਪਮਰ ਹੈ ਜਵਾਲਾ ਨਾ ਨਹਿਰੂ ਪੈਰੀਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਇੰਸਟੀਚਿਊਟ ਜੋ ਕਿ ਪੋਂਡੇਚਰੀ ਹੈ ਕਰਾਈਕਾਲਾ ਹੈ ਹੁਣ ਉਹਦੇ ਲਈ ਅਸੀਂ ਇਸ ਤਰ੍ਹਾਂ ਗਾਈਡ ਕਰਦੇ ਹਾਂ ਕਿ ਬੱਚੇ ਨੂੰ ਪ੍ਰੋਪਰ ਹਾਈएस्ट ਮਾਰਕ ਉਹ ਮਿਲ ਲਵੇ 720 ਨੰਬਰ ਦਾ ਫਾਰ ਐਗਜ਼ਾਮਪਲ ਪੇਪਰ ਇਹਦੇ ਨਾਲ ਉਹ ਬੀ ਡੀ ਐਸ ਐਮ ਬੀ ਬੀ ਐਸ ਬੀ ਐ ਐਮ ਐਸ ਉਸ ਤੋਂ ਬਾਅਦ ਬੀ ਵੀ ਐਸ ਸੀ ਫਿਜ਼ੀਓਥੈਰੇਪੀ ਫਾਰਮੇਸੀ ਇਨ ਸਭ ਦੇ ਵਿੱਚ ਉਹ ਜਾ ਸਕਦਾ ਹੈ ਉਸ ਤੋਂ ਇਲਾਵਾ ਅਦਰ ਜਿਵੇਂ ਆਈ ਆਈ ਟੀ ਜੀ ਦਾ ਪੇਪਰ ਹੁੰਦਾ ਉਹਦੇ ਥਰੂ ਐਨ ਆਈ ਟੀ ਜਲੰਧਰ ਜਿਵੇਂ ਸਾਡੇ ਨੀਅਰਸਟ ਹੈਗਾ ਉਹਦੇ ਵਿੱਚ ਜਾ ਸਕਦਾ ਹੈ ਮੈਨੂੰ ਦੱਸਦਿਆਂ ਖੁਸ਼ੀ ਹੁੰਦੀ ਹੈ ਕਿ ਮੈਡੀਕਲ ਫੀਲਡ ਦੇ ਵਿੱਚ ਜੀ ਐਮ ਸੀ ਜਲੰਧਰ ਦੇ ਵਿੱਚ ਸਾਡੇ ਪੰਜ ਬੱਚੇ ਪਲੇਸ ਹੋਏ ਨੇ ਰੀਸੈਂਟਲੀ ਔਰ ਉਹ ਉਹਦੇ ਵਿੱਚ ਦੇਖੋ ਮੈਂ ਡੈਡੀਕੇਸ਼ਨ ਦੋਵੇਂ ਬੰਨੇ ਹੁੰਦੀ ਹੈ ਸਾਡੇ ਵਨ ਆਫ ਦਾ ਬੈ ਪ੍ਰੋਪਰ ਤਿਆਰੀ ਕਰਾ ਰਹੇ ਆ ਫੈਕਲਟੀ ਨੌਲੇਜ ਦਿੰਦੀ ਹੈ ਬੱਚਾ ਮਿਹਨਤ ਕਰਦਾ ਹੈ ਦੇਖੋ ਉਹਨਾਂ ਦੀ ਮਿਹਨਤ ਸਾਡੀ ਗਾਈਡੈਂਸ ਦੋਨੋਂ ਮਿਲ ਕੇ ਔਰ ਪੇਰੈਂਟਸ ਦੀ ਨਾਲ ਸਾਡੀ ਮੈਨੇਜਮੈਂਟ ਨਾਲ ਕੋਆਰਡੀਨੇਸ਼ਨ ਇਥੋਂ ਇੱਕ ਸਮਾਵੇਸ਼ ਇੱਕ ਪ੍ਰੋਡਕਟ ਨਿਕਲ ਕੇ ਆਉਂਦਾ ਜੋ ਕਿ ਬੱਚੇ ਨੂੰ ਤਰੱਕੀ ਵੱਲ ਲੈ ਕੇ ਜਾਂਦਾ ਸਰ ਕਈ ਵਾਰੀ ਹੁੰਦਾ ਹੈ ਕਿ ਬੱਚੇ ਦਾ ਮਤਲਬ ਇੱਕ ਹੀ ਕਲਾਸ 'ਚ ਕਾਫੀ ਬੱਚੇ ਹੁੰਦੇ ਆ ਬਟ ਕਈਆਂ ਬੱਚਾ ਜ਼ਿਆਦਾ ਜਲਦੀ ਪਿਕਅਪ ਕਰ ਲੈਂਦੇ ਆ ਕਈ ਲੀਡ ਪਿਕਅਪ ਕਰ ਲੈਂਦੇ ਆ ਚੀਜ਼ਾਂ ਨੂੰ ਤੇ ਉਹ ਚੀਜ਼ ਲਈ ਫਿਰ ਤੁਸੀਂ ਕਿੱਦਾਂ ਕਰਦੇ ਹੋ ਮੈਮ ਅਵਰੋਂਚ ਅਸੀਂ ਨਾ ਕੁਆਲਿਟੀ ਦੇ ਉੱਤੇ ਜ਼ਿਆਦਾ ਫੋਕਸ ਕਰਦੇ ਹਾਂ ਕੁਆਂਟੀਟੀ ਤੇ ਨਹੀਂ ਅਸੀਂ ਕੋਈ ਐ ਨਹੀਂ ਰੱਖਿਆ ਹੋਇਆ ਕਿ 50 ਬੱਚੇ ਬਿਠਾਣੇ ਆ 100 ਬੱਚਾ ਬਿਠਾਉਣਾ ਕਲਾਸ ਸਾਡੇ ਬੈਚਸ ਹੁੰਦੇ ਸਮਾਲ ਵੀ ਕੀਪ ਦਾ ਬੈਚਸ ਲਾਈਕ 15 ਟੂ 20 ਸਟੂਡੈਂਟਸ ਉਹਦੇ ਨਾਲ ਫਾਇਦਾ ਕੀ ਹੁੰਦਾ ਬੱਚਾ ਹਿਜਕ ਚਾਹੁੰਦਾ ਨਹੀਂ ਆਪਣੀ ਕੋਈ ਪੁੱਛਣ ਲਈ ਟੀਚਰ ਦੀ ਹਰ ਇੱਕ ਬੱਚੇ ਦੇ ਉੱਤੇ ਇੰਡੀਵਿਜੂਅਲ ਅਟੈਂਸ਼ਨ ਹੁੰਦੀ ਹੈ ਰਾਈਟ ਉਹ ਤੁਹਾਡੀ ਗੱਲ ਦਾ ਜਵਾਬ ਹੈ ਹਮ ਬੈਚਸ ਅਸੀਂ ਵਧਾ ਲੈਨੇ ਪਰ ਬੈਚ ਨੂੰ ਰੱਖਦੇ ਛੋਟਾ ਜਿਹਦੇ ਨਾਲ ਬੱਚੇ ਦੀਆਂ ਕੁਐਰੀ ਸੋਲਵ ਹੁੰਦੀਆਂ ਬੱਚੇ ਨੂੰ ਲੈਕਚਰ ਦਿੱਤਾ ਜਾਂਦਾ ਉਹਦੇ ਜਿਹੜੇ ਡਾਊਟਸ ਆ ਸੋਲਵ ਕਰਵਾਏ ਜਾਂਦੇ ਆ ਉਸ ਤੋਂ ਬਾਅਦ ਘਰ ਲਈ ਅਸਾਈਨਮੈਂਟਸ ਦਿੱਤੀਆਂ ਜਾਂਦੀਆਂ ਜਿਹਦੇ ਉੱਤੇ ਉਹ ਕੰਮ ਕਰਕੇ ਆਉਂਦੇ ਆ ਰਾਈਟ ਔਰ ਇੱਕ ਸਾਈਕਲ ਬੰਦਾ ਨਾ ਫਿਰ ਫਾਈਨਲੀ ਟੈਸਟ ਲਿਆ ਜਾਂਦਾ ਜਿਹੜਾ ਬੱਚਾ ਵੀਕ ਆ ਉਹਨੂੰ ਐਕਸਟਰਾ ਟਾਈਮ ਦਿੱਤਾ ਜਾਂਦਾ ਇਸ ਤਰ੍ਹਾਂ ਇਹ ਦੇਖੋ ਇਹ ਕੋਈ ਰੋਜ਼ ਦਾ ਪ੍ਰੋਸੈਸ ਹੈਗਾ ਇੱਕ ਇੱਕ ਲੈਕਚਰ ਕਰਕੇ ਇੱਕ ਇੱਕ ਅਸਾਈਨਮੈਂਟ ਕਰਕੇ ਬੱਚਾ ਤਿਆਰੀ ਕਰਦਾ ਹੈ ਔਰ ਇਥੇ ਇੱਕ ਸੁਝਾਅ ਦਵਾਂਗਾ ਬੱਚਿਆਂ ਨੂੰ ਜਦੋਂ ਤੁਸੀਂ ਪੜ੍ਹਦੇ ਹੋ ਘਰ ਜਾਗੇ ਤੁਹਾਨੂੰ ਡਾਊਟਸ ਆਉਂਦੇ ਆ ਉਹ ਡਾਊਟਸ ਕਦੀ ਇਕੱਠੇ ਨਹੀਂ ਹੁੰਦੇ ਨੇ ਉਹਨਾਂ ਨੂੰ ਡੇਲੀ ਬੇਸਿਸ ਤੇ ਟੀਚਰ ਕੋਲ ਕਲੀਅਰ ਕਰੋ ਜਦੋਂ ਉਹ ਡਾਊਟਸ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ ਉਦੋਂ ਪ੍ਰੋਬਲਮ ਆਂਦੀ ਹੈ ਅਗਰ ਅਸੀਂ ਰੋਜ਼ਾਨਾ ਆਪਣੇ ਡਾਊਟਸ ਕਲੀਅਰ ਕਰਾਂਗੇ ਰੋਜ਼ਾਨਾ ਪੜਾਈ ਕਰਾਂਗੇ ਵੀਕਐਂਡ ਤੇ ਅੱਛੀ ਤਰ੍ਹਾਂ ਪੜਾਈ ਕਰਾਂਗੇ ਹਨ ਰਿਜ਼ਲਟਸ ਮਿਲਣਗੇ ਇਹ 2 ਸਾਲ ਲੱਗੇ ਆ ਦੇਖੋ ਸਿੰਪਲ ਜਿਹਾ ਫਾਰਮੂਲਾ ਹੈ 2 ਸਾਲ ਮਿਹਨਤ ਕਰ ਅਗਰ ਆਪਾਂ ਹੁਣ ਮਿਹਨਤ ਨਹੀਂ ਕਰਾਂਗੇ ਧਿਆਨ ਇਧਰ-ਉਧਰ ਰੱਖਾਂਗੇ ਫਿਰ ਆਪਾਂ ਸਟਰਗਲ ਕਰਾਂਗੇ ਲਾਈਫ ਲੌਂਗ ਬਰੌਂ ਚਹੀਂ ਬੱਚਿਆਂ ਨੂੰ ਮੋਟੀਵੇਸ਼ਨਲ ਸੈਸ਼ਨ ਸਾਈਕੋਲੋਜੀਕਲ ਸੈਸ਼ਨਸ ਵੀ ਦੇਣੇ ਆ ਜਿਹਦੇ ਨਾਲ ਉਹਨਾਂ ਦੇ ਲਾਈਫ ਤੋਂ ਸਟ्रेस ਗਾਇਬ ਹੋ ਜਾਏ ਰਾਈਟ ਮੈਮ ਥੈਂਕ ਯੂ ਸੋ ਮੱਚ ਸਰ ਥੈਂਕ ਯੂ ਥੈਂਕ ਯੂ ਮੈਮ ਇਟ ਵਾਸ ਨਾਈਸ ਟਾਕਿੰਗ ਟੂ ਯੂ ਤੇ ਇਸੇ ਸਾਡੇ ਨਾਲ ਜਤਿੰਦਰ ਜੀ ਜਿਨ੍ਹਾਂ ਨੇ ਮਤਲਬ ਸਾਨੂੰ ਸਾਰਾ ਦੱਸਿਆ ਕਿ ਵੈਰੋਂ ਬੱਚੇ ਕਿਉਂ ਆਉਂਦੇ ਵੈਰੋਂ ਹੀ ਕਿਉਂ ਚੂਜ਼ ਕਰਦੇ ਹੈ ਕਿ ਤੁਹਾਡੇ ਟੀਚਿੰਗ ਸਕਿਲਸ ਕਿੱਦਾਂ ਡਿਫਰੈਂਟ ਹੈਗੇ ਨੇ ਬਾਕੀ ਇੰਸਟੀਟਿਊਟਸ ਨਾਲੋਂ ਤੇ ਮੈਂ ਕਹਿ ਸਕਦੀ ਆ ਕਿ ਇੰਨੇ ਸਾਰੇ ਕোর্ਸਸਿਸ ਵੀ ਇੱਥੇ ਅਵੇਲੇਬਲ ਹੈਗੇ ਆ ਹਾਂਜੀ ਕੋਈ ਬੱਚਾ ਕਨਫਿਊਜ਼ ਵੀ ਹੁੰਦਾ ਹੈ ਕਿ ਆਫਟਰ 10th ਜਾਂ ਆਫਟਰ +2 ਮੈਂ ਕੀ ਕਰਨਾ ਹੈ ਉਹ ਵੀ ਮੈਂ ਕਹਿ ਸਕਦੀ ਹਾਂ ਕਿ ਜੇਕਰ ਕੋਈ ਵੀ ਬੱਚਾ ਵੈਰੌਨ ਇੰਸਟੀਚਿਊਟ ਵਿਜ਼ਿਟ ਕਰੇਗਾ ਤੇ ਉਹਨੂੰ ਪ੍ਰੋਪਰ ਗਾਈਡੈਂਸ ਦਿੱਤੀ ਜਾਏਗੀ ਕਿ ਅੱਗੇ ਜਾ ਕੇ ਉਹਨਾਂ ਨੂੰ ਕਿਹੜੇ ਕੋਰਸ ਚੂਜ਼ ਕਰਨੇ ਚਾਹੀਦੇ ਜਿਨ੍ਹਾਂ ਦੇ ਜਿੱਦੇ ਚ ਉਹਨਾਂ ਦਾ ਬ੍ਰਾਈਟ ਫਿਊਚਰ ਹੋ ਸਕਦਾ ਹੈ ਤੇ ਹੁਣ ਆਪਾਂ ਵੈਰੌਨ ਆਏ ਹੋਏ ਹਾਂ ਤੇ ਹੁਣ ਆਪਾਂ ਇੱਥੋਂ ਦੇ ਸਟੂਡੈਂਟਸ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਦਾ ਐਕਸਪੀਰੀਅੰਸ ਇੱਥੇ ਕਿਦਾ ਦਾ ਜਾ ਰਿਹਾ ਹੈ ਕਿ ਤੇ ਉਹਨਾਂ ਨੇ ਵੈਰੌਨ ਹੀ ਕਿਉਂ ਚੂਜ਼ ਕੀਤਾ ਇੰਸਟੀਚਿਊਟ ਤੇ ਹੁਣ ਆਪਾਂ ਇੱਥੋਂ ਦੇ ਸਟੂਡੈਂਟਸ ਦੇ ਨਾਲ ਗੱਲਬਾਤ ਕਰਦੇ ਹਾਂ ਤੁਹਾਡਾ ਨਾਮ ਮਾਧਵ ਮਾਧਵ एडवर्टाइजमेंट्स में काफ़ी जगह हमने वेरॉन देखा था अमृतसर में काफ़ी जगह इनकी एडवर्टाइजमेंट थी इनका मेरे को कॉल भी आया तो अच्छी लग रही थी या पे डेमो क्लासेस ली दो काफ़ी अच्छी थी तो इसलिए वेरॉन ही चूज़ की तड़ा नाम हर्षिता महाजन जी तड़ा कि एक्सपीरियंस जा रहे है इतने वेरॉन से बहुत अच्छा जा रहा है मतलब रिजल्ट भी अच्छे आए मेरे प्लस वन मैंने यहीं पर कंटिन्यू की थी और रिजल्ट काफ़ी अच्छे आए तो मैंने प्लस टू भी यहाँ पर कंटिन्यू कर रही हूँ नाम रिश्ता कोर्स पिकअप किया ਕੀ ਕਿਦਾਂ ਦਾ ਟੀਚਿੰਗ ਸਕਿਲ ਕਿਦਾਂ ਦੀਆਂ ਨਹੀਂ ਤੁਹਾਡੀਆਂ ਮੈਨੂੰ ਯਹਾਂ ਪੇ ਕਾਫੀ ਅੱਛਾ ਔਰ ਕੰਫਰਟੇਬਲ ਲਗਾ ਮੇਰੇ ਡਾਊਟਸ ਵੀ ਕਲੀਅਰ ਹੋਏ ਥਾ ਔਰ ਮੇਰੇ ਸਬ ਮਤਲਬ ਟੀਚਰਸ ਨੇ ਕਾਫੀ ਅੱਛੀ ਤਰ੍ਹਾਂ ਸਮਝਾਇਆ ਥਾ ਤੋਂ ਮੈਨੂੰ ਜਿਆਦਾ ਬੈਟਰ ਲਗਾ ਤੁਹਾਡਾ ਨਾਮ ਯੁਵਰਾਜ ਯੁਵਰਾਜ ਜਿਵੇਂ ਕਿ ਕਾਫੀ ਇੰਸਟੀਟਿਊਟਸ ਹੋਰ ਵੀ ਹਗੇ ਨੇ ਤੇ ਵੇਰ ਔਨ ਇੰਸਟੀਟਿਊਟ ਹੀ ਕਿਉਂ ਤੁਸੀਂ ਚੂਜ਼ ਕੀਤਾ ਮੈਂ ਜਸੂ ਨੇ ਮੈਂ ਕਿਹਾ ਕਿ ਨਿਊਜ਼ ਹੈਡਲਾਈਨਸ ਦੇ ਅੰਦਰ ਬਹੁਤ ਕੀ ਵਧੇ ਨੂੰ ਇੰਸਟੀਚੂਟ ਦਾ ਦੇ ਆ ਤੇ ਮੇਰੇ ਰੈਲਟੀ ਦੇ ਬੱਚੇ ਵੀ ਇੱਥੇ ਪਾਣਦੇ ਤੇ ਬੋਲਣਾ ਲੱਗਦਾ ਸਿਆ ਕਿ ਬੜੇ ਉਹਦੇ ਟੀਚਰਸ ਨੇ ਤੂੰ ਵੀ ਇੱਥੇ ਕੰਟੀਨਿਊ ਕਰ ਰਿਹਾ ਹੈ ਤੇ ਟੀਚਰਸ ਬਹੁਤ ਅੰਡਰਸਟੈਂਡਿੰਗ ਹੈ ਤੇ ਰਿਜ਼ਲਟ ਬੜਾ ਵਧੀਆ ਦੱਸ ਇਸ ਕਰਕੇ ਪਲਸ 2 ਵੀ ਇੱਥੇ ਕੰਟੀਨਿਊ ਕੀਤੀ ਤੁਹਾਡਾ ਨਾਮ ਸਹਜ ਸਹਿਜ اے ای ਇੰਸਟੀਚਿਊਟ ਕਿਉ ਚੂਜ਼ ਕੀਤਾ ਅਨ ਫਿਲਾਲ ਤੁਸੀਂ ਕੋਰਸ ਕਿਹੜਾ ਪਿਕ ਅਪ ਕੀਤਾ ਇੱਥੇ ਇੱਥੇ ਮੈਡੀਕਲ ਕੋਰਸ ਕੀਤਾ ਐਂਡ ਮੈਂ ਨੀਡ ਦੀ ਇੰਟਰਸਟ ਕਾਫੀ ਐ ਨੀਡ ਦੀ ਕਾਫੀ ਅੱਛੇ ਤਿਆਰੀ ਕਰਦੇ ਆ ਕੈਮਿਸਟਰੀ ਟੀਚਰਸ ਸਾਰੇ ਆਲਵੇਸ ਸਾਰੇ ਕੰਫਰਟੇਬਲ ਡਾਊਟਸ ਟੈਂਡ ਦੇ ਆ ਡਾਊਟਸ ਕਾਫੀ ਇਸ ਕਰਕੇ ਮੈਂ ਵੈਰਨਸਟ ਕਾ ਇਸਕੀ ਯੂਜ਼ ਕੀਤਾ ਕਿ ਜਿਹੜੇ ਡਾਊਟਸ ਕਾਂਸੇ ਆ ਮਤਲਬ ਟੀਚਰਸ ਸਾਡੇ ਡਾਊਟਸ ਟੈਂਡ ਦੇ ਆ ਆਪਾਂ ਕਾਫੀ ਅੱਛੇ ਰਿਜ਼ਲਟ ਆਂਦਾ ਪਿਆ ਠੀਕ ਕਿਸੇ ਦੀ ਰੈਫਰੈਂਸ ਨਾਲ ਤੁਸੀਂ ਵੈਰਨ ਇੰਸਟੀਚਿਊਟ ਜੋਇਨ ਕੀਤਾ ਸੀ ਆਲਵੇਸ ਮੇਰੇ ਰਿਲੇਟਿਵਸ ਇੱਥੇ ਪੜ੍ਹਿਆ ਕਜ਼ਿਨਸ ਨੇ ਕਾਫੀ ਅੱਛਾ ਦੱਸਿਆ ਕਿ ਟੀਚਰਸ ਕਾਫੀ ਅੱਛਾ ਪੜ੍ਹਾਉਂਦੇ ਵੇਅਰ ਇਸ ਕਰਕੇ ਵਧੀਆ ਰਿਜ਼ਲਟ ਆਇਆ ਪਾਸ ਹੋ ਗਿਆ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਹੁਣ ਆਪਾਂ ਇਥੋਂ ਦੇ ਸਟੂਡੈਂਟਸ ਨਾਲ ਵੀ ਗੱਲਬਾਤ ਕੀਤੀ ਹੈ ਤੇ ਉਹਨਾਂ ਦਾ ਮੰਨਣਾ ਹੈਗੇ ਕਿ ਇਥੋਂ ਦੀ ਟੀਚਿੰਗ ਸਕਿਲਸ ਬਹੁਤ ਹੀ ਜ਼ਿਆਦਾ ਗੁੱਡ ਹੈਗੀਆਂ ਨੇ ਤੇ ਉਹ ਇਹ ਵੀ ਕਹਿ ਸਕਦੇ ਨੇ ਕਿ ਕਿਉਂ ਬਾਕੀ ਇੰਸਟੀਚਿਊਟ ਨਾਲੋਂ ਤਾਂ ਇਹ ਜ਼ਿਆਦਾ ਵਧੀਆ ਹੈਗਾ ਇੰਸਟੀਚਿਊਟ ਕਿਉਂਕਿ ਇੱਥੇ ਪੜਾਇਆ ਵੀ ਬਹੁਤ ਵਧੀਆ ਜਾਂਦਾ ਹੈ ਹਾਂਜੀ ਕਰ ਗੱਲ ਕਰੀਏ ਕਿ ਕੋਈ ਪ੍ਰੋਬਲਮ ਹੋਏ ਉਹ ਵੀ ਪ੍ਰੋਬਲਮ ਬਹੁਤ ਜਲਦੀ ਸੋਲਵ ਕੀਤੀ ਜਾਂਦੇ ਹਨ ਐਂਡ ਸਟੂਡੈਂਟਸ ਦਾ ਮੰਨਣਾ ਹੈਗੇ ਕਿ ਇਹ ਇੰਸਟੀਚਿਊਟ ਨਾਲ ਆ ਕੇ ਇਹ ਇੰਸਟੀਚਿਊਟ ਆ ਕੇ ਉਹਨਾਂ ਦੇ ਰਿਜ਼ਲਟ ਵੀ ਕਾਫੀ ਗੁੱਡ ਆ ਰਿਹਾ ਹੈ ਐਂਡ ਉਹਨਾਂ ਦੀ ਮੈਂ ਕਹਿ ਸਕ ਹੋ ਰਿਹਾ ਐਂਡ ਕੋਈ ਵੀ ਪ੍ਰੋਬਲਮ ਆਂਦੀ ਹੈ ਤੇ ਟੀਚਰਸ ਨੂੰ ਜਿੰਨੀ ਮਰਜ਼ੀ ਵਾਰੀ ਪੁੱਛੋ ਟੀਚਰਸ ਉਹ ਚੀਜ਼ ਦਾ ਸੋਲੂਸ਼ਨ ਕਰ ਦੇਣੇ ਤੇ ਮੈਂ ਐਟ ਲਾਸਟ ਇਹ ਕਹਿ ਸਕਦੀ ਆ ਅੰਮ੍ਰਿਤਸਰ ਦੇ ਜਿਹੜੇ ਬੱਚੇ ਨੇ ਜਾਂ ਕਈ ਬੱਚੇ ਅੰਮ੍ਰਿਤਸਰ ਤੋਂ 12th এডਿਕੇਸ਼ਨ ਪ੍ਰਾਪਤ ਕਰਨ ਆਂਦੇ ਹੁੰਦੇ ਆ ਅੰਮ੍ਰਿਤਸਰ ਚ ਸੋ ਮੈਂ ਇਹ ਕਹਿ ਸਕਦੀ ਆ ਕਿ ਜਿਹੜੇ ਬੱਚੇ ਇੱਥੇ ਹਗੇ ਨੇ ਉਹ ਜ਼ਰੂਰ ਇੱਕ ਵਾਰੀ ਬੈਰੋਂ ਇੰਸਟੀਚੂਟ ਜ਼ਰੂਰ ਵਿਜ਼ਿਟ ਕਰਨ ਤੇ ਜਿਹੜੇ ਬੱਚਾ ਨੂੰ ਕਈ ਬੱਚਾ ਨੂੰ ਕਨਫਿਊਜ਼ਨ ਵੀ ਹੁੰਦੀ ਹੈ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਸੀ ਤੇ ਕਿ 10 ਤੋਂ ਬਾਅਦ ਕੀ ਕਰਨਾ ਹੈ ਉਹਨਾਂ ਨੇ ਪਲੱਸ 2 ਤੋਂ ਬਾਅਦ ਕੀ ਕਰਨਾ ਹੈ ਸੋ ਇੱਕ ਵਾਰੀ ਉਹ ਵੈਰਨ ਇੰਸਟੀਚਿਊਟ ਆਨ ਹਰ ਇੱਕ ਮੈਂ ਕਹਿ ਸਕਦੀ ਹਾਂ ਪ੍ਰੋਬਲਮ ਦਾ ਸੋਲੂਸ਼ਨ ਤੁਹਾਨੂੰ ਇੱਥੇ ਜ਼ਰੂਰ ਮਿਲੇਗਾ ਬਾਕੀ ਦੇਖਦੇ ਰਹੋ ਮੇਰੇ ਨਾਲ ਅੰਮ੍ਰਿਤਸਰ ਪੇਜ ਨਿਊਜ਼